ਅੱਜ ਤਰਨ ਤਰਨ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਹੈ ਜਦੋਂ ਵੱਖ ਵੱਖ ਥਾਈ ਕੀਤੀ ਗਈ ਨਾਕੇਬੰਦੀ ਦੌਰਾਨ 3 ਨੌਜਵਾਨ ਤੇਜ਼ ਧਾਰ ਹਥਿਆਰ ਅਤੇ 1 ਪਿਸਟਲ ਸਮੇਤ ਕਾਬੂ ਕੀਤੇ ਗਏ ਨੇ। ਕਾਬੂ ਕੀਤੇ ਨੌਜਵਾਨ ਵੱਲੋਂ ਏਟੀਐਮ ਮਸ਼ੀਨਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਅਤੇ ਇਸ ਕੰਮ ਲਈ ਉਸਦੇ ਕੋਲੋਂ ਗੈਸ ਕਟਰ ਤੇ ਹੋਰ ਸਮਾਨ ਵੀ ਬਰਾਮਦ ਹੋਇਆ। ਨਾਲ ਹੀ ਪੁਲਿਸ ਨੇ ਹੋਰ ਲੋੜੀਂਦੇ ਦੋਸ਼ਾਂ ਦੇ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਵੀ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਦੇ ਵਿੱਚ ਕਤਲਕਾਂਡ ਦੇ ਦੋਸ਼ੀ ਅਤੇ ਹੈਰਾਨ ਦੇ ਤਸਕਰ ਵੀ ਮੌਜੂਦ ਨੇ। ਤਰਨ ਤਾਰਨ SPD ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਨੂੰ ਨਾਕੇਬੰਦੀ ਕਰਕੇ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਗਤ ਸੇਵਕ WebTV ਲਈ ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ। ਤਰਨ ਤਾਰਨ ਪੁਲਿਸ ਵੱਲੋਂ ਜਿਹੜਾ ਵੱਖ ਵੱਖ ਸਮਿਆਂ 'ਤੇ ਅਲੱਗ ਅਲੱਗ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਦੇ ਖਿਲਾਫ਼ ਵੱਖ ਵੱਖ ਮੁਹਿੰਮਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਹਨ, ਚਾਹੇ ਉਹ ਡਰੱਗ ਦੇ ਅਗੇਂਸਟ ਆ, ਗੈਂਗਸਟਰ ਦੇ ਅਗੇਂਸਟ ਹੈਗੀ ਜਾਂ ਕੋਈ ਵੀ ਜਿਹੜੇ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀ ਉਹਨਾਂ ਦੇ ਖਿਲਾਫ਼ ਵੀ ਇੱਕ ਬੜੇ ਵਧੀਆ ਸਫਲਤਾ ਹੈ ਜਿਹੜੀ ਹੈਗੀ ਹੈ ਸਾਨੂੰ ਤਰਨ ਤਾਰਨ ਪੁਲਿਸ ਨੂੰ ਮਿਲੀ ਹੈ, ਜਿਹਦੇ ਸੰਬੰਧ ਦੇ ਵਿੱਚ ਇੱਕ ਗਰੁੱਪ ਫੜਿਆ ਗਿਆ ਜਿਹੜਾ ਡਕੈਤੀਆਂ ਕਰਨ ਵਾਲਾ। ਇਹ DSP ਪੱਟੀ ਸ਼੍ਰੀ ਕੰਵਲਪ੍ਰੀਤ ਸਿੰਘ ਦੀ ਅਗਵਾਈ ਹੇਠ ਜਿਹੜਾ ਉਹਨਾਂ ਦਾ ਇੱਕ ਮੁਹਿੰਮ ਚੱਲ ਰਹੀ ਸੀ ਉਹਦੇ ਵਿੱਚ SHO ਬਲਜੀਤ ਸਿੰਘ ਅਤੇ ਉਹਦੀ ਪਾਰਟੀ ਉਹਨਾਂ ਨੇ ਇੱਕ ਨਾਕੇ 'ਤੇ ਇੱਕ ਜਿਹੜਾ ਹੈਗਾ ਜਿਹੜਾ ਉਹਨਾਂ ਨੂੰ ਪਤਾ ਲੱਗਾ ਵੀ ਇਹ ਇੱਕ ਗਰੁੱਪ ਜਿਹੜਾ ਡਕੈਤੀ ਕਰਨ ਲਈ ਤਿਆਰੀ ਕਰ ਰਿਹਾ, ਜਿਨ੍ਹਾਂ ਕੋਲ ਹਥਿਆਰ ਵੀ ਸੀਗੇ ਉਹ ਜਿਹੜੇ ਹੈਗੇ ਉਹਨਾਂ ਨੇ ਮੌਕੇ 'ਤੇ ਗਏ ਜਾ ਕੇ ਉਹ ਫੜੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਜਿਹੜੇ 3 ਵਿਅਕਤੀ ਫੜੇ ਗਏ ਨੇ ਅਤੇ ਕੁਛ ਬੰਦੇ ਜਿਹੜੇ ਭੱਜ ਗਏ ਨੇ। ਉਹਨਾਂ ਕੋਲ ਕਾਫੀ ਜਿਹੜਾ ਅਸਲਾ ਵੀ ਬਰਾਮਦ ਹੋਇਆ, ਆਲਮੋਸਟ ਸਾਨੂੰ 315 ਬੋਰ ਦੇ 3 ਪਿਸਟਲ, 1 32 ਬੋਰ ਦਾ ਪਿਸਟਲ ਅਤੇ ਨਾਲ ਕਾਫੀ ਉਹਨਾਂ ਦੇ ਜਿਹੜਾ ਲਾਈਵ ਐਮੂਨੇਸ਼ਨ ਵੀ ਮਿਲਿਆ। ਉਸ ਤੋਂ ਇਲਾਵਾ ਇੱਕ ਸਵਿਫਟ ਕਾਰ ਜਿਹੜੀ ਚੋਰੀ ਦੀ ਉਹ ਵੀ ਉਹਨਾਂ ਕੋਲ ਬਰਾਮਦ ਹੋਈ ਹੈ, ਜਿਹੜੀ ਖਰੜ ਏਰੀਏ ਦੇ ਵਿੱਚੋਂ ਉੱਥੋਂ ਖੋਹੀ ਗਈ ਸੀਗੀ। ਇਹਨਾਂ ਦੇ ਖਿਲਾਫ਼ ਜਿਹੜੇ ਕੁਛ ਜਿਹੜੇ ਵਿੱਚੋਂ ਫੜੇ ਗਏ ਨੇ ਉਹਨਾਂ ਦੇ ਖਿਲਾਫ਼ ਆਲਰੇਡੀ ਕੇਸ ਰਜਿਸਟਰ ਹੈਗੇ ਨੇ, ਜਿਹੜੇ ਬਾਕੀਆਂ ਦੀ ਵੀ ਅਜੇ ਤਫਤੀਸ਼ ਚੱਲ ਰਹੀ ਹੈ, ਜਿਹੜੇ ਉਹਨਾਂ ਦੇ ਵੀ ਦੇਖੇ ਜਾਣਗੇ ਕਿਹੜੇ ਕਿਹੜੇ ਉਹਨਾਂ ਦੇ ਖਿਲਾਫ਼ ਜਿਹੜੇ ਪਰਚੇ ਦਰਜ ਹੈਗੇ ਨੇ ਉਹਨਾਂ ਦੇ ਕਿਹੜੀ ਕਿਹੜੀਆਂ ਜਿਹੜੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਰਹੇ ਨੇ, ਕਿਉਂਕਿ ਇਹ ਗਰੁੱਪ ਕਾਫੀ ਵੱਡਾ ਹੈਗਾ। 3 ਬੰਦੇ ਵਿੱਚੋਂ ਫੜੇ ਗਏ ਹਨ, ਜਿਨ੍ਹਾਂ ਵਿੱਚੋਂ 5 ਬੰਦੇ ਜਿਹੜੇ ਅਜੇ ਫੜਨੇ ਬਾਕੀ, ਜਿਨ੍ਹਾਂ ਵਾਸਤੇ ਜਿਹੜੀ ਅਸੀਂ ਜਲਦੀ ਉਹ ਵੀ ਅਰੈਸਟ ਕੀਤੇ ਜਾਣਗੇ। ਇਹ ਸਾਰੇ ਇਲੀਗਲ ਵੈਪਨ ਨੇ, ਇਹ ਕਿਹੜੀ ਜਗ੍ਹਾ ਤੋਂ ਬਾਏ ਕਰਕੇ ਲੈ ਕੇ ਆ ਰਹੇ ਉਹ ਅਸੀਂ ਦੇਖ ਰਹੇ ਹਾਂ, ਇਹਨਾਂ ਦੇ ਵਿੱਚ ਤਫਤੀਸ਼ ਸਾਰੀ ਚੀਜ਼ ਸਾਹਮਣੇ ਆ ਜਾਏਗੀ ਅਤੇ ਜਿਹਨਾਂ ਕੋਲ ਵੀ ਲੈ ਕੇ ਆਏ ਉਹ ਵੀ ਅਸੀਂ ਜਲਦੀ ਰਾਊਂਡ ਅਪ ਕਰ ਲਾਂਗੇ। ਇਹਨਾਂ ਨੂੰ ਅਜੇ ਦੇਖੋ ਇਹ ਤਫਤੀਸ਼ ਦੇ ਵਿੱਚ ਚੱਲ ਰਹੀ ਹੈ ਚੈੱਕ, ਜੇ ਤਾਂ ਕੋਈ ਉਹਨਾਂ ਦੇ ਨਾਲ ਲਿੰਕ ਰਿਹਾ, ਫਿਲਹਾਲ ਤਾਂ ਕੋਈ ਉਹੋ ਜਿਹਾ ਨਹੀਂ ਨਿਕਲਿਆ, ਲੇਕਿਨ ਜੇ ਅੱਗੇ ਕੋਈ ਨਿਕਲੇਗਾ ਤਾਂ ਉਹ ਤੁਹਾਨੂੰ ਦੱਸ ਦਿੱਤਾ। 15/9/2019 ਦੇ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਨਵਾਂ ਵਿਆਹ ਪ੍ਰੇਮ ਜੋੜੇ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਸਿਟੀ ਏਰੀਏ ਦੇ ਵਿੱਚ, ਉਹਦੇ DSP ਸਿਟੀ ਦੇ ਅੰਡਰ ਜਿਹੜਾ ਸਰਾਏ ਮਾਤਕਾ ਥਾਣਾ ਉਹਦੇ ਵਿੱਚ ਉਹਦੇ ਜਿਹੜੇ ਪ੍ਰੇਮੀ ਜੋੜਾ ਜਿਹੜਾ ਆਪਣੇ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਉੱਥੋਂ ਵਾਪਸ ਆ ਰਹੇ ਸੀ, ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਫੋਲੋ ਕਰਕੇ ਗੱਡੀ ਮਾਰ ਕੇ ਮੋਟਰਸਾਈਕਲ ਤੋਂ ਉਹਨਾਂ ਨੂੰ ਥੱਲੇ ਸੁੱਟ ਕੇ ਜਿਹਨਾਂ ਨੂੰ ਪਹਿਲਾਂ ਇੰਜਰਡ ਕੀਤਾ ਗਿਆ, ਫਿਰ ਦੁਬਾਰਾ ਗੱਡੀ 'ਚ ਨਾਲ ਲੈ ਕੇ ਗਏ ਜਿਹੜਾ ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਜਗ੍ਹਾ 'ਤੇ ਸੁੱਟ ਕੇ ਫਿਰ ਗੋਲੀਆਂ ਮਾਰ ਕੇ ਉਹ ਛੱਡ ਕੇ ਚਲੇ ਗਏ ਸੀ, ਜੋ ਕਿ ਇਹ ਬੜਾ ਇੱਕ ਮਾੜੀ ਦੁਖਦਾਇਕ ਘਟਨਾ ਵਾਪਰੀ ਸੀ। ਜਿਹੜਾ DSP ਸਿਟੀ ਉਹਨਾਂ ਦੇ ਅੰਡਰ SHO ਸਰਾਏ ਮਾਤਕਾ, ਉਹਨਾਂ ਨੇ ਪੂਰੀ ਮਿਹਨਤ ਕਰਕੇ ਜਿਹੜਾ ਇਸ ਚੀਜ਼ ਦੇ ਉੱਪਰ ਲੋਕਾਂ ਦੇ ਜਿਹੜਾ ਦੋਸ਼ੀਆਂ ਦੇ ਉੱਪਰ ਪੂਰਾ ਦਬਾਅ ਬਣਾਇਆ, ਜਿਹਦੇ ਵਿੱਚ ਇੱਕ ਦੋਸ਼ੀ ਗੁਰਵਿੰਦਰ ਸਿੰਘ ਜਿਹੜਾ ਮੇਨ ਉਹ ਫੜਿਆ ਗਿਆ, ਉਸ ਤੋਂ ਬਾਅਦ ਦੂਜਾ ਉਹਦੇ ਨਾਲ ਜਿਹੜਾ ਮਨਜੀਤ ਸਿੰਘ ਇਹ ਉਹ ਵੀ ਫੜਿਆ ਗਿਆ, ਇਹ ਉਹਦੇ ਤਾਏ ਦੇ ਜਿਹੜਾ ਲੜਕਾ ਸੀਗਾ। ਮਾਂ ਪਿਓ ਅਤੇ ਭਰਾ ਉਹਨਾਂ ਦੇ ਵਿਆਹ ਤੋਂ ਉਹ ਰਾਜ਼ੀ ਹੋ ਗਏ ਸਨ, ਲੇਕਿਨ
ਜਿਹੜਾ ਉਹਨਾਂ ਦੇ ਤਾਏ ਦਾ ਬੇਟਾ ਅਤੇ ਬਾਕੀ ਉਹਦੇ ਰਿਸ਼ਤੇਦਾਰ ਜਿਹੜੇ ਤਾਇਆ ਸੀਗਾ ਉਹ ਇਸ 'ਤੇ ਅਗੇਂਸਟ ਚੱਲਦੇ ਰਹੇ ਸੀ, ਜਿਨ੍ਹਾਂ ਨੇ ਆਪਣੀ ਇਸੇ ਗੁੱਸੇ ਦੇ ਤਹਿਤ ਜਿਹੜਾ ਉਹਦਾ ਇਹ ਦੋਨਾਂ ਦਾ ਕਤਲ ਅੰਜਾਮ ਦਿੱਤਾ। ਦੋ ਦੋਸ਼ੀ ਇਹਦੇ ਵਿੱਚ ਫੜੇ ਗਏ ਅਤੇ ਬਾਕੀਆਂ ਦੀ ਵੀ ਜਲਦੀ ਭਾਲ ਜਿਹੜੀ ਕੀਤੀ ਜਾ ਰਹੀ ਅਤੇ ਫੜੇ ਜਾਣ। ਤਾਂ ਪੁਲਿਸ ਵੱਲੋਂ ਵੱਖ ਵੱਖ ਸਮੇਂ 'ਤੇ ਗੈਰ ਸਮਾਜਿਕ ਤੱਤਵਾਂ ਦੇ ਅਗੇਂਸਟ ਜਿਹੜੀ ਮੁਹਿੰਮ ਚੱਲਦੀ ਰਹਿੰਦੀ ਹੈ, ਨਾਰਕੋਟਿਕ ਦੇ ਵੀ ਅਗੇਂਸਟ ਚੱਲਦੇ ਆ, ਗੈਂਗਸਟਰਾਂ ਦੇ ਅਗੇਂਸਟ ਵੀ ਚੱਲਦੀ ਆ। ਇਸ ਮੁਹਿੰਮ ਦੇ ਤੇ ਸਾਡੇ ਡੀ ਐੱਸ ਪੀ ਸਿਟੀ ਵੱਲੋਂ ਜਿਹੜੇ ਇਨਫੋਰਮੇਸ਼ਨਸ 'ਤੇ ਇੱਕ ਐੱਸ ਐੱਚ ਓ ਜਿਹੜੇ ਚਵਾਲ ਉਹਨਾਂ ਦੀ ਡਿਊਟੀ ਲਗਾਈ ਗਈ ਸੀ। ਇੱਕ ਪਤਾ ਲੱਗਾ ਕਿ ਇੱਕ ਵਿਅਕਤੀ ਜਿਹੜੇ ਕਿ ਏ ਟੀ ਐੱਮ ਐਕਸਿਸ ਬੈਂਕ ਦੇ ਵਿੱਚ ਏ ਟੀ ਐੱਮ ਨੂੰ ਤੋੜਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ, ਜਿਹਦੇ ਸੰਬੰਧ 'ਚ ਮੌਕੇ 'ਤੇ ਇਮੀਡੀਏਟਲੀ ਫੋਰਸ ਨੂੰ ਭੇਜਿਆ ਗਿਆ। ਸ਼ਟਰ ਤੋੜ ਕੇ ਉਹ ਬੰਦਾ ਜਿਹੜਾ ਐਕਸਿਸ ਬੈਂਕ ਦੇ ਏ ਟੀ ਐੱਮ ਨੂੰ ਤੋੜ ਕੇ ਉਹਦੇ 'ਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਹਨੂੰ ਮੌਕੇ 'ਤੇ ਹੀ ਫੜ ਲਿਆ ਗਿਆ। ਉਹਦੇ ਕੋਲ ਜਿੰਨਾ ਗੈਸ ਕਟਰ, ਗੈਸ ਸਿਲੰਡਰ, ਹੱਥਾਂ 'ਤੇ ਪਾਉਣ ਵਾਲੇ ਦਸਤਾਨੇ, ਕੈਮਰੇ 'ਤੇ ਮਾਰਨ ਵਾਲਾ ਸਪਰੇਅ, ਇਹ ਸਾਰੀਆਂ ਚੀਜ਼ਾਂ ਬਰਾਮਦ ਹੋਈਆਂ ਨੇ। ਕਾਫੀ ਚੀਜ਼ਾਂ ਹੈਗੀਆਂ ਨੇ ਜਿਹਦੇ ਕੋਲ, ਉਹਦੇ ਕੋਲ ਆਪਣੇ ਬਚਾਅ ਵਾਸਤੇ ਉਹਨੇ ਕਿਰਪਾਨ ਵੀ ਆਪਣੇ ਕੋਲ ਰੱਖੀ ਹੋਈ ਸੀਗੀ। ਇਹ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਉਹ ਏ ਟੀ ਐੱਮ ਨੂੰ ਕੱਟ ਕੇ ਉਹਦੇ 'ਚੋਂ ਪੈਸੇ ਕੱਢਣ ਵਾਸਤੇ ਇਸਤੇਮਾਲ ਕਰਦਾ ਸੀ, ਲੇਕਿਨ ਪੁਲਿਸ ਦੀ ਮੁਸਤੈਦੀ ਕਰਕੇ ਇਮੀਡੀਏਟਲੀ ਪੁਲਿਸ ਕੋਲ ਇਨਫੋਰਮੇਸ਼ਨ ਕਰਕੇ ਜਿਹੜਾ ਉਸ ਚੀਜ਼ ਨੂੰ ਕਾਬੂ ਕਰ ਲਿਆ ਗਿਆ ਅਤੇ ਪਰਚਾ ਦਰਜ ਕਰਕੇ ਅੱਗੇ ਤਫਤੀਸ਼ ਚੱਲ ਰਹੀ। ਇਹ ਗੁਰਲਾਲ ਸਿੰਘ ਨਾਮ ਦਾ ਵਿਅਕਤੀ ਹੈ, ਇਕੱਲਾ ਹੀ ਵਿਅਕਤੀ ਸੀਗਾ। ਇਹਦੇ ਅੱਗੇ ਵੀ ਚੈੱਕ ਕੀਤਾ ਜਾ ਰਿਹਾ ਕਿ ਕੋਈ ਹੋਰ ਕਿਹੜੀ ਕਿਹੜੀ ਜਗ੍ਹਾ 'ਤੇ ਇਹਨੇ ਇਹੋ ਜਿਹੀਆਂ ਵਾਰਦਾਤਾਂ ਕੀਤੀਆਂ ਨੇ, ਕਿਉਂਕਿ ਕੁਛ ਜ਼ਿਲ੍ਹਿਆਂ 'ਚ ਪਹਿਲਾਂ ਇਹੋ ਜਿਹੀ ਵਾਰਦਾਤ ਹੋਈ ਹੈ ਕਿ ਕੈਮਰੇ 'ਤੇ ਸਪਰੇਅ ਕਰਕੇ ਉਹਨਾਂ ਨੇ ਪੈਸੇ ਕਢਾ ਲਏ ਹੋਣ। ਉਹ ਚੀਜ਼ਾਂ ਦੀ ਤਫਤੀਸ਼ ਦੇ ਵਿੱਚ ਸਾਰੀਆਂ ਚੀਜ਼ਾਂ ਪੁੱਛਗਿੱਛ 'ਚ ਸਾਹਮਣੇ ਆ ਜਾਏਗੀ, ਜੋ ਵੀ ਚੀਜ਼ ਹੋਏਗੀ ਦੱਸੀ ਜਾਏਗੀ। ਨਸ਼ਿਆਂ ਦੇ ਖਿਲਾਫ਼ ਜਿਹੜੀ ਪੰਜਾਬ ਪੁਲਿਸ ਵੱਲੋਂ ਮੁਹਿੰਮ ਵੰਡੀ ਗਈ ਹੈ, ਸ਼ੁਰੂ ਕੀਤੀ ਗਈ ਆ, ਪੂਰੇ ਪੰਜਾਬ ਦੇ ਵਿੱਚ ਵੱਖ ਵੱਖ ਜਗ੍ਹਾ 'ਤੇ ਕੀਤੀ ਜਾਂਦੀ ਹੈ। ਇਸੇ ਤਰੀਕੇ ਨਾਲ ਤਰਨ ਤਾਰਨ ਪੁਲਿਸ ਵਿੱਚ ਵੀ ਸਾਡੇ ਮਾਣਯੋਗ ਐੱਸ ਐੱਸ ਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ਼ ਬਹੁਤ ਜ਼ਬਰਦਸਤ ਇੱਕ ਜੰਗ ਚੱਲ ਰਹੀ ਹੈ, ਜੋ ਕਾਫੀ ਹੱਦ ਤੱਕ ਇਸ ਚੀਜ਼ 'ਤੇ ਕੰਟਰੋਲ ਕੀਤਾ ਗਿਆ। ਇਸੇ ਦੇ ਤਹਿਤ, ਇਸੇ ਮੁਹਿੰਮ ਦੇ ਤਹਿਤ ਸਾਡੇ ਡੀ ਐੱਸ ਪੀ ਭਿੱਖੀਵਿੰਡ ਅਤੇ ਐੱਸ ਐੱਚ ਓ ਖਾਲੜਾ ਇਹਨਾਂ ਨੇ ਇੱਕ ਬੜੀ ਵਧੀਆ ਪ੍ਰਾਪਤੀ ਕੀਤੀ ਹੈ। ਇਹਨਾਂ ਨੂੰ ਇੱਕ ਇਨਫੋਰਮੇਸ਼ਨ ਆਈ ਕਿ ਜਿਹੜੇ ਕੁਛ ਵਿਅਕਤੀ ਨੇ ਜਿਹੜਾ ਨਸ਼ੇ ਦਾ ਵੇਚਣ ਦਾ ਕੰਮ ਕਰ ਰਹੇ ਨੇ, ਉਹਨਾਂ ਬਾਰੇ ਇੱਕ ਅਰਸ਼ਦੀਪ ਅਤੇ ਇੱਕ ਗਗਨਦੀਪ ਸਿੰਘ, ਇਹ ਦੋ ਵਿਅਕਤੀ, ਅਰਸ਼ਦੀਪ ਜਿਹੜਾ ਕਾਫੀ ਅੱਛੇ ਲੈਵਲ 'ਤੇ, ਜਿਹੜਾ ਵਧੀਆ ਵੱਡੇ ਲੈਵਲ 'ਤੇ ਉਹ ਜਿਹੜਾ ਕੰਮ ਕਰ ਰਿਹਾ ਸੀ, ਇਹਨਾਂ ਸੰਬੰਧੀ ਉਹਨਾਂ ਨੇ ਆਪਣਾ ਚੈਕਿੰਗ ਦੌਰਾਨ ਨਾਕਾ ਲਗਾਇਆ ਅਤੇ ਗਗਨਦੀਪ ਸਿੰਘ ਨੂੰ 810 ਗ੍ਰਾਮ ਹੀਰੋਇਨ ਸਮੇਤ ਜਿਹੜਾ ਫੜਿਆ ਗਿਆ ਹੈ, ਇਹ ਪਰਚਾ ਦਰਜ ਕਰ ਦਿੱਤਾ ਅਤੇ ਅੱਗੇ ਇਹਦੀ ਕਾਰਵਾਈ ਜਿਹੜੀ ਤਫਤੀਸ਼ ਚੱਲ ਰਹੀ ਹੈ। ਜਿਹੜਾ ਅਰਸ਼ਦੀਪ ਨੂੰ ਵੀ ਜਲਦੀ ਹੀ ਅਰੈਸਟ ਕੀਤਾ ਜਾਏਗਾ। ਜਿਹੜੇ ਵੀ ਹੋਰ ਬੰਦੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕੇ ਦੇ ਵਿੱਚ ਜਿਹੜੇ ਜਿਹੜੇ ਬੰਦੇ ਆਉਣਗੇ, ਜਿਹੜੇ ਜਿਹੜੇ ਨਿਕਲਣਗੇ, ਉਹਨਾਂ ਨੂੰ ਵੀ ਜਲਦੀ ਅਰੈਸਟ ਕੀਤਾ ਜਾਵੇਗਾ। ਇਸ ਏਰੀਏ ਦੇ ਵਿੱਚ ਜਿਹੜਾ ਨਸ਼ੇ ਦਾ ਹੈਗਾ, ਇਸ ਚੀਜ਼ ਨੂੰ ਬਿਲਕੁਲ ਖਤਮ ਕਰਦਾ ਸਾਡਾ ਇੱਕ ਪੰਜਾਬ ਪੁਲਿਸ ਵੱਲੋਂ, ਤਰਨ ਤਾਰਨ ਪੁਲਿਸ ਵੱਲੋਂ ਜਿਹੜਾ ਨਿਸ਼ਚਾ ਲਿਆ ਗਿਆ ਪੂਰਾ ਕੀਤਾ ਜਾਏਗਾ। 810 ਗ੍ਰਾਮ, ਇਹ ਟੋਟਲ 810 ਗ੍ਰਾਮ ਆ। ਇਹਨਾਂ ਦੇ ਉੱਪਰ ਪਹਿਲਾਂ ਪਰਚਿਆਂ ਦਾ ਚੈੱਕ ਕੀਤਾ ਜਾ ਰਿਹਾ ਵੀ ਕੋਈ ਪਰਚੇ ਹੈਗੇ ਕਿ ਨਹੀਂ ਹੈਗੇ। ਜਿਹੜਾ ਅਰਸ਼ਦੀਪ ਆ ਉਹ ਇਹਨੂੰ ਪੈਸਿਆਂ ਲਈ ਵੀ ਹੈਲਪ ਕਰਦਾ ਸੀਗਾ, ਇਸੇ ਕੰਮ ਵਾਸਤੇ ਜੇ ਕੋਈ ਉਹਨੂੰ ਵਹੀਕਲ ਦੀ ਲੋੜ ਹੈਗੀ, ਕਿਤੇ ਉਹਨੇ ਨਸ਼ੇ ਨੂੰ ਸਪਲਾਈ ਕਰਨਾ, ਲੈ ਕੇ ਆਉਣਾ, ਲੈ ਕੇ ਜਾਣਾ, ਉਹਦੀ ਵੀ ਅਰਸ਼ਦੀਪ ਉਸ 'ਚ ਮਦਦ ਕਰਦਾ ਸੀਗਾ। ਇਸ ਕਰਕੇ ਅਰਸ਼ਦੀਪ ਨੂੰ ਵੀ ਪ੍ਰੋਪਰ ਹੀ ਉਹਦੇ ਵਿੱਚ ਨਾਲ ਇਨਵੋਲਵ ਕੀਤਾ ਗਿਆ।